ਸਾਡਾ ਦਰਸ਼ਨ ਸਿੰਘ ਪਿੰਡ ਲਟੌਰ ਜੀ ਫਤਿਹਗੜ੍ਹ ਸਾਹਿਬ ਸਰਹੰਦ ਇਸ ਜੱਥੇ ਦੇ ਵਿੱਚ ਰਵਾਨਾ ਹੋਣ ਵਾਲੇ ਹੋ ਕੱਲ੍ਹ ਕਿਹੋ ਜਿਹਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਪਰ ਸਾਨੂੰ ਨਾਲ ਅਫਸੋਸ ਵੀ ਹੋ ਰਿਹਾ ਕਿਉਂਕਿ ਪਤਾ ਨਹੀਂ ਕੀ ਪਾਕਿਸਤਾਨ ਦੀ ਮਜਬੂਰੀ ਸੀ ਅੱਗੇ 14-15 ਦਿਨਾਂ ਦਾ ਵੀਜ਼ੇ ਦਿੰਦੇ ਸੀ ਇਸ ਵਾਰੀ ਵੀਜ਼ਾ ਜਿਹੜਾ ਸਾਨੂੰ 5 ਦਿਨਾਂ ਦਾ ਦਿੱਤਾ ਗਿਆ ਇਸ ਗੱਲ ਦਾ ਸਾਨੂੰ ਦੁੱਖ ਹੈ ਅਫਸੋਸ ਹੈ ਪਰ ਅਸੀਂ ਚਾਹੁੰਦੇ ਹਾਂ ਵੀ ਇਸ ਨੂੰ ਪਹਿਲਾਂ ਦੀ ਤਰ੍ਹਾਂ ਹੀ 14-15 ਦਿਨਾਂ ਦਾ ਵੀਜ਼ਾ ਦੇ ਕੇ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਦਾ ਪਾਕਿਸਤਾਨ ਜਿਹੜੇ ਸਰਕਾਰ ਹੈ ਉਹਨੂੰ ਉਪਰਾਲਾ ਕਰਨਾ ਚਾਹੀਦਾ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਹੈ ਵੀ ਅਫਸੋਸ ਹੈ ਇੱਕ ਸਾਡਾ ਜਿਹੜਾ ਜਥਾ ਸੀ ਉਹ ਕੱਟ ਕੇ ਛੋਟਾ ਕਰਤਾ ਇਸ ਵਾਰ ਜਿਹੜਾ 500 ਦੇ ਲਗਭਗ ਪਾਸਪੋਰਟਾਂ 'ਤੇ ਵੀਜ਼ੇ ਦਿੱਤੇ ਨੇ ਜਿਹੜੇ ਕਿ ਸਾਡੇ ਨਾਲ ਬਾਬਾ ਜੀ ਕੀ ਨਾਂ ਆਪਣਾ ਜੀ ਅਮਰਜੀਤ ਸਿੰਘ ਭਲਾਈਪੁਰ ਹਾਂਜੀ ਇਹ ਜਿਹੜਾ ਜਥਾ ਜਾਣ ਵਾਲਾ ਇਸ ਬਾਰੇ ਕੀ ਕਹੋਗੇ ਤੁਸੀਂ ਇਹ ਜਥਾ ਵਾ ਉਹ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਤੇ ਉਹਨਾਂ ਦਾ ਗੁਰਪੁਰਬ ਮਨਾਉਣ ਵਾਸਤੇ ਜਾ ਰਿਹਾ ਅਤੇ ਬੜੀ ਖੁਸ਼ੀ ਆ ਜੇ ਕਿਤੇ ਆ ਮਹਾਂਮਾਰੀ ਨਾ ਚੱਲਦੀ ਹੁੰਦੀ ਤਾਂ ਹੋਰ ਖੁਸ਼ੀ ਦੀ ਗੱਲ ਸੀ ਵੀ ਇਹ ਜਥਾ ਜਿਹੜਾ ਬਹੁਤ ਵੱਡਾ ਹੁੰਦਾ ਹੁਣ ਤਾਂ 325 ਮੁਸਾਫਰ ਜਾ ਰਹੇ ਆ ਜਿਹੜੇ ਯਾਤਰੂ ਅਤੇ ਕੁਛ 100 ਅਤੇ ਕੁਛ ਨਾਂ ਵਿੱਚੋਂ ਕੱਟੇ ਗਏ ਆ ਅਸੀਂ ਉਹ ਜਿਹੜਾ ਧਾਰਮਿਕ ਸਥਾਨ ਦੇ ਦਰਸ਼ਨ ਕਰਨੇ ਆ ਸਾਨੂੰ ਇਹ ਸਾਡੀ ਖਾਸ ਸੀ ਵੀ ਹੋਰ ਜਿਹੜੇ ਗੁਰਦੁਆਰੇ ਆ ਉਹਨਾਂ ਦੇ ਵੀ ਦਰਸ਼ਨ ਕਰਾਏ ਜਾਂਦੇ ਪਰ ਇਹ ਸਮਾਂ ਵੇਖ ਕੇ ਅਤੇ ਉਹਨਾਂ ਨੇ ਨਾਂ ਜਿਹੜੇ ਆ ਘੱਟ ਦਿੱਤੇ ਆ ਅਤੇ ਜਥਾ ਵੀ ਛੋਟਾ ਕਰ ਦਿੱਤਾ ਅਤੇ ਬਾਹਰਲੇ ਗੁਰਦੁਆਰੇ ਜਿਸ ਤਰ੍ਹਾਂ ਅੱਗੇ ਵਿਖਾਉਂਦੇ ਸੀ ਉਹ ਐਤਕੀ ਨਹੀਂ ਵਿਖਾ ਰਹੇ ਕਿੰਨੇ ਟਾਈਮ ਲਈ ਜਾਣਾ 27 ਤਰੀਕ ਤੋਂ 1 ਤਰੀਕ ਤੱਕ 1 ਨੂੰ ਵਾਪਸ ਆ ਜਾਣਾ 27 ਤਰੀਕ ਨੂੰ ਜਾਣਾ ਕਿਹੜੇ ਕਿਹੜੇ ਗੁਰਧਾਮਾਂ ਦੇ ਦਰਸ਼ਨ ਕਰਨੇ ਬਸ ਇਹੋ ਇਕੱਲਾ ਹੀ ਨਨਕਾਣਾ ਸਾਹਿਬ ਦੇ ਜੋ ਉੱਥੇ ਉਸ ਸ਼ਹਿਰ 'ਚ ਜਿਹੜੇ ਗੁਰਦੁਆਰੇ ਨੇ 5-6 ਗੁਰਦੁਆਰੇ ਉਹਨਾਂ ਦੇ ਸ਼ਾਇਦ ਦਰਸ਼ਨ ਕਰ ਦੇਣਗੇ ਹੋਰ ਗੁਰਧਾਮਾਂ ਦੇ ਦਰਸ਼ਨ ਦੀ ਗੱਲ ਹੋਰ ਨਹੀਂ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਰਿਆਂ ਦੇ ਆਪਣਾ ਕਰਾਏ ਜਾਂਦੇ ਕਰਤਾਰਪੁਰ ਆ ਦੂਜੇ ਸੱਚਾ ਹੁਦਾ ਸਾਹਿਬ ਆ ਬਾਕੀ ਤਾਂ ਕਰਾਏ ਜਾਂਦੇ ਪਰ ਨਹੀਂ ਕਰਾਏ ਬਾਬਾ ਜੀ ਕੀ ਨਾਂ ਆਪਣਾ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਮੈਂ ਲੁਧਿਆਣੇ ਤੋਂ ਆਇਆ ਜੀ ਸਿਮਲਾਪੁਰੀ ਬਸੰਤ ਨਗਰ ਹਾਂਜੀ ਕਿੰਨੇ ਸਾਲਾਂ ਬਾਅਦ ਅਰਦਾਸ ਪੂਰੀ ਹੋਈ ਹੈ ਜੀ ਦਰਸ਼ਨ ਦੀ ਅਰਦਾਸ ਤਾਂ ਜੀ 70 ਸਾਲ ਹੋ ਗਏ ਨੇ ਅਤੇ ਅਰਦਾਸਾਂ ਹੀ ਕਰਦੇ ਰਹਿੰਦੇ ਹਾਂ ਜੀ ਔਰ ਹੁਣ ਵੀ ਕਰਦੇ ਰਹਿੰਦੇ ਹਾਂ ਅਸੀਂ ਜਿਨ੍ਹਾਂ ਗੁਰੂ ਨਾਲ ਮਾਂ ਤੋਂ ਗੁਰੂ ਹੈ ਜੀ ਕਿਹੋ ਜਿਹਾ ਲੱਗ ਰਿਹਾ ਜਿੱਥੇ ਸਾਨੂੰ ਬਹੁਤ ਖੁਸ਼ੀ ਲੱਗ ਰਹੀ ਹੈ ਜੀ ਬਹੁਤ ਖੁਸ਼ੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਕਿਰਪਾ ਹੁਣ ਵੀ ਅਸੀਂ ਅਰਦਾਸਾਂ ਕਰਦੇ ਰਹਿੰਦੇ ਸੀ ਵੀ ਮਹਾਰਾਜ ਸਾਡਾ ਵੀਜ਼ਾ ਲੱਗ ਜਾਵੇ ਅਸੀਂ ਤੇਰੇ ਪਵਿੱਤਰ ਸਥਾਨ ਦੇ ਗੁਰੂ ਨਾਨਕ ਸਵਾਮੀ ਮਹਾਰਾਜ ਦੀ ਚਰਨ ਧੂੜ ਸਾਨੂੰ ਪ੍ਰਾਪਤ ਹੋ ਸਕੇ ਸੰਗਤਾਂ ਦੀ ਚਰਨ ਧੂੜ ਪ੍ਰਾਪਤ ਹੋ ਸਕੇ ਇਹ ਸਾਡੇ ਮਨ ਦੀ ਇੱਛਾ ਸੀ ਬੜੀ ਖੁਸ਼ੀ ਆ ਸਾਨੂੰ ਜੀ ਪਰ ਅਫਸੋਸ ਵੀ ਆ ਕਿ 5 ਦਿਨ ਦੇ ਵਿੱਚ ਨਨਕਾਣਾ ਸਾਹਿਬ ਇਕੱਲੇ ਗੁਰਧਾਮਾਂ ਦੇ ਸਾਨੂੰ ਦਰਸ਼ਨ ਕਰਾ ਰਹੇ ਆ ਹੋਰ ਜਿਹੜੇ ਗੁਰਧਾਮ ਉੱਥੇ ਹੈਗੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਗੁਰਧਾਮਾਂ ਤੋਂ ਸਾਨੂੰ ਥੋੜ੍ਹਾ ਜਿਹਾ ਵਾਂਝਿਆ ਰੱਖਿਆ ਗਿਆ ਇਹ ਪਹਿਲੀ ਵਾਰ ਹੋਇਆ ਪਹਿਲਾਂ ਨਹੀਂ ਇਸ ਤਰ੍ਹਾਂ ਹੋਇਆ ਪਹਿਲਾਂ ਸੰਗਤਾਂ ਸਾਰੇ ਗੁਰਦੁਆਰਿਆਂ ਦੇ ਸੱਚਾ ਸੌਦਾ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਅਤੇ ਐਮਨਾਬਾਦ ਰੋੜੀ ਸਾਹਿਬ ਅਤੇ ਲਾਹੌਰ ਵਿੱਚ ਜਿਤਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਜਨਮ ਸਥਾਨ ਹੋਰ ਜਿਤਨੇ ਵੀ ਗੁਰਦੁਆਰੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੇ ਉਹ ਸਾਰੇ ਦਰਸ਼ਨ ਸਾਨੂੰ ਕਰਾਏ ਜਾਂਦੇ ਨੇ ਪਰ ਐਤਕੀ ਪਹਿਲੀ ਵਾਰ ਹੈ ਕਿ ਉਹਨਾਂ ਦੇ ਦਰਸ਼ਨਾਂ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ